बिस्मिल्लाहिर्रहमान रहीम। सब बहन भाइयों को अस्सलाम वालेकुम। उम्मीद करती हूँ सब खैर खरीत से होंगे। अलहमदुलिल्लाह अलहमदुलिल्लाह जी हम भी खैर खरीत से। अल्लाह पाक सबको हमेशा खुश रखे, शादो आबाद रखे और ढेरों खुशियाँ दे। जो बहन भाई मेरे परेशान है, अल्लाह पाक सबकी परेशानियाँ दूर करे। जो बीमार है, अल्लाह पाक उनको शफा दे और सेहत तंदरुस्ती वाली लंबी ज़िंदगी दे। तो इसी दुआ के साथ करती हूँ जी आज की वीडियो शुरू। वीडियो शुरू करने से पहले सब बहन भाइयों से हमेशा की तरह मेरी रिक्वेस्ट है कि मेरी वीडियो को लाइक करना, शेयर करना और मेरे चैनल को सब्सक्राइब करना। तो चलते हैं जी नेक्स्ट वीडियो की तरफ। आज की वीडियो शुरू करते हैं। ਪਾਪਾ ਕਹਿੰਦੇ ਪਰ ਛੋਟਾ ਹੋ ਗਿਆ ਇਹਨੂੰ, ਛੋਟਾ ਜੇ ਸਾਰੇ ਇਹ ਨਾ ਬਸ ਸਰਦੀਆਂ ਵਿੱਚ ਨੀਚੇ ਬਣਾਉਣ ਟੈਪ ਚ ਹਾਂਜੀ ਨਾਲੇ ਦੇ ਆਹ ਪਰਾਂ ਦੇ ਆ ਗਏ ਇਸ ਤਰ੍ਹਾਂ ਇਹ ਵਾਲਾ ਛੋਟੇ ਦਾ ਛੋਟੀ ਦੂਸਰਾ ਕਾਰ ਪਾਣੀ ਚ ਪਾਉਣ ਵਾਸਤੇ ਜਿਹੜਾ ਨਾ ਠੀਕ ਹੈ, ਹਾਂਜੀ ਵਾਟਰਪ੍ਰੂਫ ਨਾ ਬਿਲਕੁਲ ਹੋਲੀ ਪਤਾ ਹੀ ਨਹੀਂ ਸੋਨੀ ਬੰਦ ਠੰਡ
ਨਿਕਲਿਆ ਵੀ ਸੋਹਣੀ ਇਸ ਤਰ੍ਹਾਂ ਦੇ ਨਾਲ ਸਮੀਰ ਹੋਣਾ ਦੀ ਟੀਚਰ ਦੇ ਅੱਛਾ ਉਹਦੇ ਭਾਈ ਦੇ ਭੇਜੇ ਬਾਹਰ ਸਹੀ ਹਾਂਜੀ ਅਸਮਾਨੀ ਕਲਰ ਬਿਲਕੁਲ ਇਸ ਤਰ੍ਹਾਂ ਦੇ ਪਾਪਾ ਗਏ ਨਾ ਬਾਜ਼ਾਰ ਤੇ ਉਹ ਕਹਿੰਦੇ ਸੀ ਬਿਲਕੁਲ ਛੁੱਟੀ ਸੰਭਾਲ ਕੇ ਰੱਖਣਾ ਚਲੋ ਵੀ ਕਿਤੇ ਕੰਮ ਆ ਜਾਈਏ ਇੱਥੇ ਪੂਰੀ ਨੀ ਆਣੀ ਸਰਦੀਆਂ ਚ ਪੂਰੀ ਨੀ ਆਉਂਦੀ ਬਸ ਸਰਦੀਆਂ ਚ ਸ਼ਾਇਦ ਚੜ੍ਹਦੀਆਂ ਸਰਦੀਆਂ ਨੇ ਪੂਰੀ ਆਏਗੀ ਮਤਲਬ ਦਰਮਿਆਨਾ ਮੌਸਮ ਹੋ ਜਾਣਾ ਤੇ ਨਿਕਲ ਹਾਈ ਲੈਕ ਨਾ ਹਾਈ ਲੈਕ ਉੱਪਰ ਆ ਜਾਣੀ ਹਾਂਜੀ ਬੱਚੇ ਖਰਾਬ ਕਰਦੇ ਆ ਤੇ ਸਿਟੀ ਵਾਲੇ ਸਰਦੀਆਂ ਚੱਲਣ ਲੱਗ ਗਏ ਨੇ ਤੁਰਨ ਲੱਗ ਗਏ ਮੇਰੇ ਕੋਲ ਹੈ ਜਿਵੇਂ ਪਿਛਲੇ ਸਾਲ ਪਾਦੇ ਨੇ ਨਾ ਸੌਕਸ ਚੰਗੀਆਂ ਮੋਟੀਆਂ ਨੇ ਗਰਮ ਉਹ ਹੈ ਨੇ ਉਹ ਉਹ ਨਾਲ ਪਾਵਾਂਗੇ ਇੱਕ ਸ਼ਾਪਨਰ ਪਿੰਸਰ ਰਬੜ ਟ੍ਰੇਜ਼ਰ ਸਾਰਾ ਕੁਝ ਮੈਂ ਕਿਹੜੀ ਜਲਦੀ ਜਾਣਾ ਹੈ ਪਹਿਲੇ 6 ਸਾਲ ਨਹੀਂ ਜੋ ਬੱਚੇ ਸਗੋਗੇ ਉਹ ਕਰੇਗੇ ਕੋਈ ਕਾਪੀਆਂ ਤਾਂ ਪੜੇਗੀ ਨਾ ਹੋਰ ਕੁਝ ਨਾ ਕਰੇ ਹਾਂਜੀ ਇੱਕ ਇਹ ਵਾਲੀ ਸੁਣਿਆ ਪੋਨੀਆ ਵਾਈਟ ਕਲਰ ਮੈਂ ਤਾਂ ਵੀ ਕੈਂਸਰ ਮੈਂ ਕਿਹਾ ਮੈਂ ਨਹੀਂ ਕਰਵਾਉਣੀ ਨਾ ਇਹਦੇ ਵਾਲ ਫਿਟਿੰਗ ਕਰਵਾਉਣੀ ਡਾਕਟਰ ਸਮਾਨ ਪਿੰਕ ਯੈਲੋ ਇੱਕ
ਪਸੰਦ ਸੀ ਨਾ ਉਹ 4,000 ਦੀ 4,500 ਦੀ ਸੀ ਉਹ ਜਿਹੜੀਆਂ ਨੀ ਇੱਧਰ ਚੱਲਦੀ ਫਿਰਦੀ ਵਿੱਚ ਤੇ ਇੱਕ ਹੋਰ ਆ ਗਈ ਉੱਥੇ ਅੰਦਰ ਹੀ ਨਹੀਂ ਨਹੀਂ ਇੱਕ ਫਰਾਕ ਵੀ ਉੱਥੇ ਅੰਦਰ ਤੇ ਇੱਕ ਪਾਸ ਹੀ ਸ਼ੇਵਿੰਗ ਮਸ਼ੀਨ ਸੀ ਉਹ ਵੀ ਹੈ ਹਾਂਜੀ ਇਹ ਕਿਆ ਲਾ ਕੇ ਕੜੀ ਬਾਈ ਬਾਸ ਨੇ ਕੇ ਬਾ ਲਿਆ ਕਰ ਬਸ ਹੁਣ ਉਸ ਸਮਾਨ ਦੀ ਛੱਤੀ ਦੇ ਪਾਣ ਦੇ ਇੱਕ ਆ ਬੈਗ ਉੱਥੇ ਆਇਆ ਸੀ ਅਗਲਾ ਬੈਗ ਇਹ ਨਹੀਂ ਸੀ ਹਾਂਜੀ ਹਾਂਜੀ ਚੱਲਦੀ ਪਈ ਹੈ ਜੀ ਚੱਲਦੀ ਹੈ ਚੱਲਦੀ ਹੈ ਸੋਹਣਾ ਮਾਸ਼ਾਅੱਲਾ ਜੀ ਅੱਲਾਹ ਤਾਲਾ ਜ਼ਿੰਦਗੀ ਦੇ ਸੇ ਤੰਦਰੁਸਤੀ ਦੇ ਲੰਬੇ ਜ਼ਿੰਦਗੀ ਦੇ ਹਾਂਜੀ ਆਮੀਨ ਤੇ ਅੱਲਾ ਮੀਆਂ ਸਭ ਨੂੰ ਬਹੁਤਾ ਦੇ ਤੇ ਅੱਲਾ ਬਾਪ ਜੀ ਬਿਲਕੁਲ ਸਭ ਕਿਸੇ ਨੂੰ ਖੁਸ਼ ਰੱਖੇ ਤੇ ਜਿਵੇਂ ਉਹਨਾਂ ਦਾ ਪਲਾਂ ਗਿਆ ਗੱਲ ਆ ਪਾਕ ਨਾਲ ਤੰਦਰੁਸਤੀ ਦੇ ਰੱਖੀ ਦੇ ਬਿਲਕੁਲ ਕੀ ਆ ਸੰਭਾਲੋ ਜੀ ਇਹਦੇ ਨੀਚੇ ਟੁੱਟਣ ਦਾ ਡਰ ਹੁੰਦਾ ਤੇ ਆਪ ਉਹਦੇ ਚੀਜ਼ਾਂ ਵੀ ਸੰਭਾਲੋ ਓਏ ਬੰਦ ਕਰੋ ਇਹਨੂੰ ਕਿਤੇ ਮੈਂ ਨਾ ਫਾਤਮਾ ਤੇ ਤੋਬਾ ਪੱਕਾ ਨਾ ਲੈ ਇਹਨੂੰ ਜੀ ਨਵਾਂ ਕਟਾਉਂਦੀ ਸਰਦੀਆਂ ਚਲੀ ਹਵਾ ਗੜੀ ਸਾਰਾ ਉਸ ਦਿਨ ਨਹੀਂ ਮੈਂ ਪਹਿਲੇ ਚਲਾਇਆ ਸੀ ਤੋ ਨਹੀਂ ਉਹਦੇ ਬੱਜ ਦੇ ਬਾਅਦ ਕਿੱਥੇ ਸਹੀ ਨਹੀਂ ਹੈ ਸਹੀ ਸਮੇਂ ਨਾਲ ਖਰਾਬ ਉਸੇ ਵੀ ਚੱਲਣ ਲੱਗ ਗਈ ਤੇ ਕਿੱਥੇ ਹੁਣ ਚਲੋ
ਚਲਦੇ ਸੀ ਜਿਹੜੀ ਉਹ ਆਈ ਨਹੀਂ ਤੇ ਮਾਸਾ ਗਿਆ ਸੀ ਜਿਹੜੇ ਜਵਾ ਗਏ ਤੇ ਬੁੱਕਰ ਨੇ ਨਾ ਅਗਲੇ ਦਿਨ ਮੈਨੂੰ ਵੀ ਬੜਾ ਡਰਾਇਆ ਸੀਗਾ ਮੇਰੀ ਨਾਲ ਦੂਰ ਰੋਕ ਰਹਾ ਬਸ ਛੋਟੀ ਦੇ ਨਾਲ ਮੈਂ ਸਿੱਟੀ ਚੁੱਕਦੀ ਦੂਰ ਰੋਕ ਕੇ ਜਲਦੀ ਚੁੱਕੀ ਦੀ ਨਹੀਂ ਤੇ ਜਦੋਂ ਬਿਲਕੁਲ ਹਵਾ ਵਿੱਚ ਉਹ ਛੂ ਛੂ ਕਰਨ ਹਟ ਜਾਣ ਮੈਂ ਫਿਰ ਚੁੱਕਦੀ ਨਾ ਉਹ ਨਾਲੇ ਸਾਰੇ ਜਿਹੜੀ ਐਕਸੀਟੀ ਉਹ ਕਾਫੀ ਲਾਈ ਦੀ ਜਿਹੜੀ ਨਾਲ ਦੀ ਨਾ ਉਹਦੀ ਉਹ ਉੱਡ ਕੇ ਉਹ ਛੱਤ ਦੇ ਨਾਲ ਜਾ ਲੱਗੀ ਹਾਂ ਮੈਂ ਤਾਂ ਪਈ ਆਪਰ ਆ ਬਣੀ ਸ਼ਾਪਿੰਗ ਆ ਜਿੱਤੇ ਮਾਸ਼ਾਅੱਲਾ ਜੀ ਸੋਹਣੀ ਹੈ ਜੀ ਅੱਲਾ ਪਾਕ ਤੁਹਾਨੂੰ ਮੇਰੇ ਕੋਲ ਨਹੀਂ ਸਹੀ ਲੱਗਦਾ ਹੱਥ ਲਾ ਲੈਣ ਹੋਲੀ ਬੜੀ ਸੋਹਣੀ ਦਿੱਤੀ ਘਰ ਪਾ ਰਹੇ ਕਰਨੀ ਹਾਂਜੀ ਨਾਲ ਲੈ ਕੇ ਮੈਂ ਥੋੜੀ ਜਿਹੀ ਵੱਡੀ ਹੋ ਗਿਆ ਪਾਪਾ ਦੇ ਨਾਲ ਜਾਣਾ ਚੱਲੀ ਮੈਂ ਸਕੂਲ ਚੱਲੀ ਸਕੂਲ ਚੱਲੀ